ਨੌਜਵਾਨ ਤੇ ਪੁਲਿਸ ਮੁਲਾਜ਼ਮ ਦੀ ਹੋਈ ਬਹਿਸਬਾਜ਼ੀ। ਤੋਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਫੋਰ ਚੌਕ ਦੇ ਨੇੜੇ ਇੱਕ ਨੌਜਵਾਨ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਨਾਲ ਬਹਿਸਬਾਜ਼ੀ ਕੀਤੀ ਜਾ ਰਹੀ ਹੈ। ਨੌਜਵਾਨ ਦਾ ਕਹਿਣਾ ਸੀ ਕਿ ਮੈਂ ਆਲਟੋ ਗੱਡੀ ਲੈ ਕੇ ਜਾ ਰਿਹਾ ਸੀ ਤੇ ਮੇਰੀ ਪਿਛਲੀ ਵਾਰੀ ਦੇ ਵਿੱਚ ਕਾਲੀ ਜਾਲੀ ਲੱਗੀ ਹੋਈ ਸੀ ਜਿਸ ਦੇ ਵਿੱਚੋਂ ਆਰ ਪਾਰ ਤਾਂ ਦਿਖਦਾ ਹੈ ਪਰ ਫਿਰ ਵੀ ਉਸਦਾ ਚਲਾਨ ਕਰ ਦਿੱਤਾ ਗਿਆ। ਉੱਥੇ ਹੀ ਨੌਜਵਾਨ ਵੱਲੋਂ ਪੁਲਿਸ ਦਾ ਸਿੱਧਾ ਆਰੋਪ ਲਗਾਏ ਜਾ ਰਹੇ ਹਨ ਕਿ ਲੋਕਾਂ ਤੋਂ ਪੈਸੇ ਖਾਂਦੇ ਹਨ। ਜਦ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦੀ ਆਲਟੋ ਗੱਡੀ ਦੀ ਨਾ ਹੀ ਕੋਈ ਹਾਈ ਸਿਕਿਉਰਿਟੀ ਪਲੇਟ ਨੰਬਰ ਨੇ ਅਤੇ ਆਰਸੀ ਦੀ ਕਾਪੀ ਵੀ ਇਸਦੇ ਕੋਲ ਨਹੀਂ ਸੀ। ਫਿਰ ਵੀ ਇਸਦਾ ਚਲਾਨ ਛੱਡ ਦਿੱਤਾ ਗਿਆ। ਅਸੀਂ ਸਿਰਫ ਜਾਲੀਆਂ ਦਾ ਚਲਾਨ ਕੀਤਾ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਤੇ ਬਿਨਾਂ ਗੱਲ ਤੋਂ ਆਰੋਪ ਲਗਾ ਰਿਹਾ ਤੇ ਜਿਸ ਦੇ ਉੱਪਰ ਅਸੀਂ ਅਗਲੇਰੀ ਕਾਰਵਾਈ ਕਰਾਂਗੇ। ਸ਼ੇਰ ਸਿੰਘ ਨਾ ਭਾਈ ਮੇਰਾ ਬਾਦਲ ਸਿੰਘ ਦੇ ਗੱਲ ਭਾਈ ਕੋਈ ਨੀ, ਮੇਰੀ ਇੱਕ ਜਾਲੀ ਲੱਗੀ ਮਗਰ ਜਾਲੀ ਆਰ ਪਾਰ ਦੀਦਾ ਪੂਰਾ ਠੀਕ ਹੈ। ਇਹਨਾਂ ਦਾ ਚਲਾਨ ਕੱਢ ਦੱਸਿਆ, ਮੈਂ ਤਰਲੇ ਮਾਰ ਦੇਣਾ ਮੌਕੇ ਚਲਾਨ ਕਰ ਦੋ ਠੀਕ ਹੈ। ਇਹਨੇ ਕੀਤਾ ਨੀ ਹੈ ਕਾਪੀ ਸਾਰਾ ਮੌਕੇ ਕਾਪੀ ਇਹਨਾਂ ਕੋਲ ਚਾਹੀਦੀ ਵੇਲ ਵਾਲਾ ਦੱਸੋ, ਅਸੀਂ ਥੋੜ੍ਹਾ ਲਿਆ ਕੇ ਦੇਣੀ ਹੈ। ਜਦੋਂ ਮੌਕੇ ਦਾ ਚਲਾਨ ਬਣ ਜਾ ਇਹ ਮੌਕੇ ਕਾਪੀ ਰੱਖਣੇ ਇੱਥੇ ਕਹਿਣ ਕਿ ਆ ਮੌਕੇ ਦਾ ਚਲਾਨ ਇੰਨਾ ਕਟਵਾ ਲਾ, ਮੈਂ ਕਟਵਾ ਲੈਂਦਾ ਦੱਸੋ। ਮੈਂ ਆਪਣੀ ਗਲਤੀ ਮੰਨਦਾ, ਮੇਰੀ ਜਾਇਜ਼ ਦੀ ਗਲਤੀ ਇੱਕ ਠੀਕ ਆ, ਪਰ ਮੈਂ ਇਹ ਗੱਲ ਮੰਨਦਾ ਕਿ ਜੇ ਮੇਰੇ 'ਤੇ ਰੂਲ ਆ ਸਾਰਿਆਂ ਦਾ ਰੂਲ ਇਹ ਹੋਵੇ। ਕਿੰਨੀਆਂ ਗੱਡੀਆਂ ਲੰਘੀਆਂ, ਇਨੋਵਾ ਲੰਘੀਆਂ, ਵੱਡੀਆਂ ਗੱਡੀਆਂ ਰਹੇ ਮਗਰ ਜਾਲੀਆਂ ਲੱਗੀਆਂ, ਇਹ ਉਹ ਡੱਕਦੇ ਨਹੀਂ ਆ, ਸਿਰਫ ਮੈਨੂੰ ਡੱਕਿਆ ਇਕੱਲੇ ਨੂੰ, ਉਹਦਾ ਹੱਥ ਨਹੀਂ ਦਿੰਦੇ। ਜੇ ਕੋਈ ਗੱਡੀ ਡੱਕ ਵੀ ਲੈਂਦੇ ਆ ਸਾਈਡ ਦੇ ਕਰਕੇ ਪੈਸੇ ਫੜ ਕੇ ਗਾਂਹ ਜਾਂਦੇ ਠੀਕ ਆ। ਤੁਸੀਂ ਦੇਖਿਆ ਇਹਨਾਂ ਪੈਸੇ ਨਾਲ? ਮੈਂ ਦੇਖਿਆ ਤੁਹਾਡੇ ਕੋਲ ਕੋਈ ਵੀਡੀਓ ਹੋ ਗਈ? ਮੇਰੇ ਕੋਲ ਵੀਡੀਓ ਨਹੀਂ ਕੋਈ ਹੈ। ਫੇਰ ਤੁਸੀਂ ਭਾਈ ਕਿਸ ਤਰ੍ਹਾਂ ਕਹਿ ਸਕਦੇ? ਮੈਂ ਭਾਜੀ ਦੇਖਿਆ ਤੇ ਨਹੀਂ, ਫੇਰ ਤੁਸੀਂ ਦੇਖਿਆ ਵਾ ਤੇ ਫੇਰ ਗੱਲ ਕਰੋ। ਇੱਕ ਐਲੀਗੇਸ਼ਨ ਨਜਾਇਜ਼ ਲਾਉਣ ਡਿਆ ਤੇ ਪਰਚਾ ਦਰਜ ਹੋਣਾ ਜੀ ਠੀਕ ਆ, ਨਜਾਇਜ਼ ਐਲੀਗੇਸ਼ਨ ਬਿਨਾਂ ਗੱਲ ਤੋਂ। ਮੇਰਾ ਬਿਨਾਂ ਗੱਲ ਤੋਂ ਚਲਾਨ ਕਰਦਾ ਦੱਸੋ, ਮੇਰਾ ਮੇਰਾ ਮੇਰੀ ਦੱਸੋ, ਮੇਰੀ ਗਲਤੀ ਦੱਸੋ ਕੀ ਆ। ਮੇਰੇ ਸਾਰਾ ਕੁਛ ਕਾਗਜ਼ ਮੇਰੇ ਕੋਲ ਪੂਰੇ ਆ, ਪਰ ਇਹਨਾਂ ਮੇਰਾ ਜ਼ਿੰਦਗੀ ਹੈ, ਮੈਂ ਤਰਲੇ ਵੀ ਕੱਢਦਾ ਰਿਹਾ, ਮੌਕੇ ਦਾ ਕਰ ਦਿਓ, ਮੈਂ ਮੌਕੇ ਦਾ ਵੀ ਨਹੀਂ ਕੱਢ ਰਿਹਾ। ਪਰ ਤੁਸੀਂ ਹੁਣ ਉਹਨਾਂ ਦੇ ਐਲੀਗੇਸ਼ਨ ਲਾਉਂਦੇ ਹੋ ਕਿ ਕੋਈ ਸਾਡੇ ਪੈਸੇ ਲੈਂਦੇ ਆ, ਜਾਂ ਤੁਸੀਂ ਪੈਸੇ ਲੈ ਉਹਨਾਂ ਨੂੰ ਦੇਖਿਆ ਦੱਸੋ ਕੋਈ ਉਹਨਾਂ ਨੂੰ ਪੈਸੇ ਲੈਂਦੇ। ਗਲਤ ਐਲੀਗੇਸ਼ਨ ਲਾਉਣ ਦਾ ਪਰਚਾ ਦਰਜ ਹੁੰਦਾ ਜੀ, ਤੁਹਾਨੂੰ ਦੱਸਿਆ ਆਲਟੋ ਗੱਡੀ ਲਈ ਜਾਲੀਆਂ ਲੱਗੀਆਂ, ਇਹਦੇ ਇਹ ਚੀਜ਼ ਦਾ ਚਲਾਨ ਕੀਤਾ, ਨੰਬਰ ਪਲੇਟ ਆ ਸਕਿਉਰਟੀ ਨਹੀਂ ਲਗਾ, ਉਹ ਇਹ ਛੱਡਤਾ, ਆਰ ਸੀ ਜਿਹੜੀ ਇਹਦੀ ਕਾਪੀ ਵਾਲੀ ਆ ਉਹ ਵੈਲਿਡ ਨਹੀਂ ਗੀ, ਉਹ ਦੋਵੇਂ ਚੀਜ਼ਾਂ ਇਹ ਛੱਡੀਆਂ ਵਾ। ਇਹ ਕਹਿੰਦਾ ਮੇਰਾ ਜਾਲੀ ਦਾ ਗਲਤ ਚਲਾਨ ਕੀਤਾ, ਦੇਖੋ ਜੇ ਜਾਲੀ ਲੱਗੀ ਆ ਤਾਂ ਗਲਤ ਕਿੱਦਾਂ ਹੋ ਗਿਆ? ਹਾਂਜੀ ਨਹੀਂ ਬੈਸ ਸਾਹਿਬ ਸਾਈ ਨਹੀਂ ਸਾਡੇ ਨਾਲ ਕੀਤੀ ਕੋਈ ਵੀ ਇਹਨੇ, ਇਹ ਲੇਕਿਨ ਰੋਡ 'ਤੇ ਬੈਠਾ ਇਹਨੂੰ ਮੈਂ ਬਾਹਾਂ ਫੜ ਕੇ ਠਾਉਣ ਦੀ ਵੀ ਕੋਸ਼ਿਸ਼ ਕੀਤੀ। ਮੈਂ ਕਾਕਾ ਇੱਦਾਂ ਨਹੀਂ ਕਰੀਦਾ, ਚਲਾਨ ਤਾਂ ਦੁਨੀਆਂ ਦੇ ਹੁੰਦੇ ਆ ਅਤੇ ਜੇ ਹਰ ਬੰਦਾ ਇੱਦਾਂ ਰੋਡ 'ਤੇ ਬਹੂਗਾ ਤਾਂ ਫਿਰ ਚਲਾਨ ਗੌਰਮੈਂਟ ਦਾ ਕੰਮ ਹੈ, ਸਾਡਾ ਨਹੀਂ ਕੰਮ ਹੈਗਾ। ਇਹ ਰੋਡ 'ਤੇ ਬੈਠਾ ਜੀ, ਉਹ ਵੀਰ ਜੀ ਹੁਣ ਆਣ ਕੇ ਠਾਇਆ ਇਹਨੂੰ।